ਕਿਵੇਂ ਆ ਕੇ ਲੱਗੀ ਵਾਂਗੂ ਚਲਾਉਂਦੇ ਆ ਜਿਵੇਂ ਸਾਲਿਆਂ ਦੀ ਔਲਾਦ ਘਰੋਂ ਭੱਜ ਗਈ ਹੋਵੇ। ਕੁੜੀਆਂ ਮੇਰੀਆਂ ਘਰੋਂ ਭੱਜੀਆਂ, ਦਿਮਾਗ ਇਹਦਾ ਖਰਾਬ ਹੋਈ ਫਿਰਦਾ। ਇਹਨੇ ਸਾਲਿਆਂ ਨੇ ਤੱਫੇ ਖਾਣੇ ਅੱਜ ਮੇਰੇ ਕੋਲੋਂ, ਹੁਣ ਨਹੀਂ ਬਚਦਾ ਮੇਰੇ ਕੋਲੋਂ। ਤੂੰ ਤਾਂ ਇੰਜ ਮੂੰਹ ਲਕੋਰਿਆ ਗਿੱਲਾ ਜਿਵੇਂ ਤੇਰੇ ਗੀਤਾਂ ਦੀ ਪਲੇਠੀ ਕੈਸਟ ਫਲੌਪ ਹੋ ਗਈ ਹੋਵੇ। ਉਲਟਾ ਮੂੰਹ ਤਾਂ ਮੈਨੂੰ ਲਕੋਣਾ ਚਾਹੀਦਾ। ਇਹ ਤਾਂ ਤੇਰੀ ਫਿਰਾਕ ਦਲੀ ਆ ਸੰਧੂ ਆ, ਜਿਹੜਾ ਤੂੰ ਹਲੇ ਵੀ ਮੈਨੂੰ ਪਿਆਰ ਕਰਦਾ, ਵਰਨਾ ਲੰਗੜੀ ਘੋੜੀ ਨੂੰ ਕੌਣ ਛੋਲੇ ਚਾਰਦਾ। ਹੁਣ ਕੀ ਫਾਇਦਾ ਹਿਣਕਣ ਦਾ, ਮੈਂ ਤਾਂ ਤੇ ਤੋਂ ਮਾਫ਼ੀ ਮੰਗਣ ਆ ਰਿਹਾ ਸੀਗਾ। ਕਿਉਂ ਸ਼ਰਮਿੰਦਾ ਕਰ ਰਿਹਾ ਯਾਰ ਮਾਫ਼ੀ ਮੰਗ ਕੇ? ਮਾਫ਼ੀ ਤਾਂ ਮੈਨੂੰ ਮੰਗਣੀ ਚਾਹੀਦੀ ਆ, ਸਾਲੀ ਜ਼ਮੀਨ ਬੰਜਰ ਤੇ ਔਲਾਦ ਕੰਜਰ, ਰੱਬ ਕਿਸੇ ਨੂੰ ਨਾ ਦੇ। ਹੁਣ ਮਾਫ਼ੀ ਮੰਗ ਤਾਂ ਲਈਏ, ਤਾਨੇ ਮਾਰਨ ਦਾ ਕੀ ਮਤਲਬ? ਯਾਰ ਮੈਂ ਤੈਨੂੰ ਥੋੜਾ ਤਾਨੇ ਮਾਰ ਰਿਹਾ, ਮੈਂ ਤਾਂ ਆਪਣੀ ਕੰਦੀ ਔਲਾਦ ਨੂੰ ਕੋਸ ਰਿਹਾ। ਮੇਰੇ ਸਾਲ ਦੇ ਰਾਤ ਘਰੋਂ ਭੱਜ ਗਏ। ਕੀ ਕਿਹਾ, ਰਾਤੀ ਘਰੋਂ ਭੱਜ ਗਏ? ਆਹ ਹਾਏ ਓਏ, ਹਾਏ ਓਏ, ਹਾਏ ਓਏ। ਬਸ ਕਰ ਯਾਰ, ਬਸ ਕਰ ਪਲੀਜ਼। ਜਿਹਦੇ ਹੋਣ ਵਾਲੇ